Guru Ek Omkar Satnam Krita Purkh Nirbhau अकाल मूरत अजुनी सभंग प्रसाद नानक नानक तिना बसंत है जिन घर बसया कम जिनके कंत दिशापुरी सहन से फिर है जलन निमाने ओ इमान गुरु नितारे ओ श्री गुरु ग्रंथ साहिब जी महाराज पहल बसंत आगमन पहल बसंत सेई पहने हा नानक नाम अराधना कार जिया वैरा हर को नाम तिहाय के हो रे भाई कमल खुदे पाई है पांत्र मा
ਮੌਲਿਆ ਅੰਮ੍ਰਿਤ ਫਲ ਪਾਈ ਮਨ ਸਤ 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 ਜੈ ਜੈ ਲਖੀ ਸਭ ਠਾਈ ਸਿਮਰੈ ਏਕ ਨਾਮ ਫਿਰ ਬਹੁੜ ਬਹੁੜ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨ ਠਾਈ ਬਸੰਤ ਦੀ ਵਾਰ ਮਹਲ ਪੰਜਵਾ ਕੁੰਤਾਰ ਸਤਪ੍ਰਸਾਦ ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ ਕਰਮ ਲਖੰਤ ਪਾਈ ਐ ਢੇਰ ਭਾਈ ਵਣ ਵਣ ਤ੍ਰਿਣ ਤ੍ਰਿਪਵਣ ਮਾਲਿਆ ਅੰਮ੍ਰਿਤ ਪਲ ਪਾਈ ਮਿਲ ਮਿਲ ਸਾਧੂ ਸੁਖ ਜੈ ਲਖੀ ਸਭ ਚਾਈ ਨਾਨਕ ਸਿਮਰੈ ਏਕ ਨਾਮ ਬਹੁੜ ਪਾਈ ਕਾਮ ਕ੍ਰੋਧ ਲੋਭ ਮੋਹ ਵਿੰਸ ਜਾਇ ਹਮੇਵ ਨਾਨਕ ਪ੍ਰਭ ਸਰਣਾਗਤੀ ਪ੍ਰਸਾਦ ਗੁਰਦੇ ਪੰਜਬ ਦੇਵਾਵਲੀ ਕਰ ਸਟੋਵਾ ਆਪਣੇ ਜਨ ਪਾਈਆ ਰੋਸੋ ਸਮਟ ਗਏ ਤੇਰੇ ਨਾਮ ਦੀ ਆਇਂਦਾ ਤੇ ਉਪਜਿਆ ਨਾਨਕਾ ਸੋਈ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋ ਪਾ ਪੰਜਬ ਦੇ ਮਹਾਬਲੀ ਕਰ ਸਟੋਵਾ ਆਪਣੇ गाओ गाओ मोरी दुल्हनी मंगल चारा गाओ गाओ मोरी दुल्हनी मंगल चारा गाओ गाओ मोरी दुल्हनी मंगल चारा मेरे गृह आए राजा मेरे ਬ੍ਰਹਮ ਗਿਆਨ
आशीर्वाद पाग हमारा राम रायेशु दूलो बायो राम रायेशु दूलो बायो आशीर्वाद पाग
ہماری سچ لائے تو سچ لاگی سچ کی بہاری سچ کی بہاری سچ کی بہاری سچ کی بہاری آپ دید سے آپ چلاوے نیچل ہے ویاپاری نیچل ہے ویاپاری نیچل ہے ویاپاری نیچل ہے ویاپاری ہیرا باد چڑیا نیل مولک چھوٹ گئی سنساری نام کی ویاپاری نام کی ویاپاری ہر نام کی ویاپاری نام کی ویاپاری من کر بے سرت کر پینڈا گیان گون پر ڈاری گیان گون پر ڈاری گیان گون پر ڈاری کہت کبیر کہت کبیر سنو رے سنتو کہت کبیر سنو رے سنتو چھوٹ گئی سنساری ہیرا ہات چڑیا دل مول چھوٹ گئی سنساری نام کی ویاپاری نام کے ویاپاری نام کے ویاپاری نام لا نہ تھندلا نا بھگوان کچ نانک لالو لال میں سچے رتا سچ کتھوں بجے کہہ رہے کہے مرس میں کی دل جن سکے کے کون کی مکا میں کہن کے اندت سے پک سوار ہم بجر گجر صاحب کو دوسر لگن اللہ بے سچ سورہ گورے اپدے سے نانک سننا بے سچ سورہ گورے اپدے سے نانک سننا بے
ਧੁੱਪ ਜੇ ਕਹਿ ਰਹੇ ਕਹਿ ਮਹਿ ਸਮਾਵੇ ਜੀਜਨ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਣ ਧਿਆਨ ਸੁਣ ਨਿਤ ਸੇ ਪਗ ਸੁਹਾਵੇ ਅਗਮ ਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਸੱਚ ਪੂਰੇ ਗੋਰੀ ਉਪਦੇਸਿਆ ਨਾਨਕ ਸੁਣਾਵੇ ਇਤਨੀ ਕੀ ਹਾਜ਼ਰੀ ਕੀਰਤਨ ਦੀ ਪ੍ਰਵਾਨ ਕਰ ਲੈਣੀ ਜੀ ਸ਼ਬਦ ਗੁਰਬਾਣੀ ਦਾ ਕੀਰਤਨ ਕਰਦੇ ਆ 542 ਦੀਆਂ ਫੁੱਲਾਂ ਹੋ ਜਾਂਦੀਆਂ ਨੇ ਅਣਜਾਣ ਬੱਚੇ ਹਾਂ ਧੰਨ ਸਤਿਗੁਰੂ ਪਿਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਸਾਰੀ ਸੰਗਤ ਬਖਸ਼ਣ ਜੋ ਬਖਸ਼ਲਾਣੇ ਕੋਟਨ ਕੋਟ ਸ਼ੁਕਰਾਨਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮੇਰੇ ਅਤੀ ਸਤਿਕਾਰ ਮਹਾਂਪੁਰਖ ਸੰਤ ਬਾਬਾ ਰਣਜੀਤ ਸਿੰਘ ਜੀ ਸੰਤ ਬਾਬਾ ਭਰਪੂਰ ਸਿੰਘ ਜੀ ਸਮੂਹ ਜਥੇ ਦਾ ਦਿਲ ਦੀਆਂ ਗਹਿਰਾਈਆਂ ਜੋ ਬਹੁਤ ਬਹੁਤ ਧੰਨਵਾਦ ਸ਼ੁਕਰਾਨਾ ਹੁਕਮ ਕੀਤਾ ਸੀ ਕਿ ਆਪ ਜੀ ਨੇ ਕੀਰਤਨ ਦੀ ਹਾਜ਼ਰੀ ਕਰਨੀ ਹੈ ਸੁਬਾਹ ਵੀ ਅੰਮ੍ਰਿਤ ਵੇਲੇ ਆਸਾ ਜੀ ਵਾਰ ਦੀ ਹਾਜ਼ਰੀ ਕੀਤੀ ਸੀ ਤੁਸ ਬੁੱਧੀ ਦੇ ਅਨੁਸਾਰ ਮਰਜ਼ਾਦਾ ਨੂੰ ਕਾਇਮ ਰੱਖਦਿਆਂ ਹੋਇਆਂ ਮੈਂ ਇੱਕ ਮਿੰਟ ਦਾ ਸਮਾਂ ਲੈਣਾ ਬਾਬਾ ਜੀ ਲੋਹੜੀ ਦੀ ਸ਼ਾਮ ਤੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਸਾਡੇ ਗੁਰਸਿੱਖਾਂ ਦੀ ਦਾਤ ਝੋਲੀ ਪਾਈ ਰਾਗ ਬਸੰਤ ਦੀ ਆਰੰਭਤਾ ਹੁੰਦੀ ਹੈ ਅੱਜ ਅਸੀਂ ਸਾਰੇ ਜਾਣੇ ਬਸੰਤ ਪੰਚਮੀ ਦਾ ਦਿਹਾੜਾ ਮਨਾ ਰਹੇ ਹਾਂ ਲੋਹੜੀ ਦੀ ਸ਼ਾਮ ਨੂੰ ਤਕਰੀਬਨ 9 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਧੰਨ ਸਤਿਗੁਰੂ ਪਿਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਦਰੀ ਕਰਕੇ ਰਾਗ ਬਸੰਤ ਦੀ ਆਰੰਭਤਾ ਕੀਤੀ ਜਾਂਦੀ ਹੈ ਇਹ ਤਕਰੀਬਨ ਹੋਲੇ ਮਹੱਲੇ 'ਤੇ ਇੱਕ ਪਰੰਪਰਾ ਚੱਲਦੀ ਹੈ ਜਿੰਨੇ ਵੀ ਉਸ ਦਰਗਾਹ ਦੇ ਕੀਰਤਨੀਏ ਕਿਤੇ ਵੀ ਹਾਜ਼ਰੀ ਹੈ ਕੀਰਤਨ ਦੀ ਉਹ ਮਰਜ਼ਾਦਾ ਨੂੰ ਤੁਸ ਬੁੱਧ ਦੇ ਅਨੁਸਾਰ ਕਾਇਮ ਰੱਖਦੇ ਹੋਏ ਰਾਗ ਬਸੰਤ ਦੀ ਆਰੰਭਤਾ ਦੇ ਨਾਲ ਹੀ ਕੀਰਤਨ ਦੀ ਸਮਾਪਤੀ ਕਰਨੀ ਹੈ ਤਿੰਨ ਪੌੜੀਆਂ ਲਾ ਕੇ ਬਸੰਤ ਕੀ ਵਾਰ ਮਹੱਲ 5 ਵਾਏ ਕੋ ਓਂਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕਹਿਓ ਹੋ ਰਿਹਾ ਭਾਈ ਦੂਸਰੀ ਪੌੜੀ 5 ਵਜੇ ਮਹਾਂਮਲੀ ਕਰ ਸੱਚਾ ਢੋਆ ਅਤੇ ਸਮਾਪਤੀ ਤੇ ਜਿੱਥੋਂ ਉਪਜੈ ਕਹਿ ਰਿਹਾ ਕਹਿ ਮੈਂ ਸਮਾਵੈ ਆਪ ਸੰਗ ਦੀ ਸੇਵਾ ਕਰਨ ਦਾ ਸਮਾਂ ਸੁਭਾਗ ਪ੍ਰਾਪਤ ਹੋਇਆ ਤੁਸ ਬੁੱਧੀ ਦੇ ਅਨੁਸਾਰ ਅਰਦਾਸ ਬੇਨਤੀ ਜੋਦੜੀ ਕਰਨੀ ਕਿ ਸਾਨੂੰ ਵੀ ਕੀਰਤਨ ਦੀ ਕਰਨ ਦੀ ਜਾਂਚ ਦੀ ਸੋਝੀ ਆ ਜਾਵੇ ਹੋਈਆਂ ਭੁੱਲਾਂ ਦੀ ਮਾਫ਼ੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਖਾਲਸਾ ਵਾਹਿਗੁਰੂ ਵਾਹਿਗੁਰੂ ਫਤਿਹ।